ਹੈਲੋ ਫਰੈਂਡਸ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਰਾਵੀ ਸਿੰਘ, SWICS ਪ੍ਰਾਈਵੇਟ ਲਿਮਿਟਡ ਮੋਹਾਲੀ ਤੋਂ। ਆਪਾਂ ਬਹੁਤ ਵਾਰੀ ਕਈ ਟੋਪਿਕਸ 'ਤੇ ਗੱਲ ਕੀਤੀ, ਬੜੀ ਯੂਨੀਵਰਸਿਟੀਜ਼ ਨੂੰ ਡਿਸਕਸ ਕਰਦੇ ਰਹਿੰਦੇ ਹਾਂ ਤੁਹਾਡੇ ਨਾਲ, ਕੈਨੇਡਾ, ਆਸਟ੍ਰੇਲੀਆ ਔਰ ਅਦਰ ਕੰਟਰੀਜ਼। ਅੱਜ ਆਪਾਂ ਗੱਲ ਕਰਨਾ ਜਾ ਰਹੇ ਹਾਂ ਆਪਣੀ ਇੱਕ ਬਹੁਤ ਵੱਡੀ ਇੱਕ ਸਕਸੈਸ ਸਟੋਰੀ ਦੇ ਨਾਲ, ਜਰਮਨੀ ਸਟੱਡੀ ਵੀਜ਼ਾ, ਜੋ ਕਿ ਸਭ ਨੇ ਸੁਣਿਆ ਕਿਵੇਂ ਉਹਨੂੰ ਅਪਲਾਈ ਕੀਤਾ ਜਾਂਦਾ, ਕਿਵੇਂ ਵੀਜ਼ਾ ਲੈਂਦੇ ਆ, ਉਹਦਾ ਪੂਰਾ ਇੱਕ ਸਫ਼ਰ ਜੋ ਤੈਅ ਕਰਦਾ ਇੱਕ ਸਟੂਡੈਂਟ ਔਰ ਇੱਕ ਕਾਊਂਸਲਰ, ਇੱਕ ਕੰਪਨੀ, ਉਹਦੇ ਲਈ ਅੱਜ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਇੱਕ ਹੋਰ ਵੀਜ਼ਾ ਜਿਹੜਾ ਕਿ ਪਬਲਿਕ ਯੂਨੀਵਰਸਿਟੀ ਮੈਂ ਇਸ ਚੀਜ਼ 'ਤੇ ਜ਼ਿਆਦਾ ਫੋਕਸ ਕਰ ਰਹੀ ਹੈ। ਪਬਲਿਕ ਯੂਨੀਵਰਸਿਟੀ ਉਹ ਯੂਨੀਵਰਸਿਟੀ ਹੈ ਜਿਹਦੇ 'ਚ ਕੋਈ ਖਰਚਾ ਨਹੀਂ ਦੇਣਾ ਪੈਂਦਾ। ਕਹਿਣ ਦਾ ਮਤਲਬ ਇਹ ਹੈ ਕਿ ਬੱਚੇ ਨੂੰ ਟਿਊਸ਼ਨ ਫੀਸ ਨਹੀਂ ਭਰਨੀ ਪੈਂਦੀ। ਆਪਾਂ ਇੱਥੋਂ 20-22 ਲੱਖ ਰੁਪਏ ਲਗਾ ਕੇ ਟਿਊਸ਼ਨ ਫੀਸਾਂ ਭਰ ਕੇ ਜਾਂਦੇ ਹਾਂ ਜੀ ਬਾਹਰ ਪੜ੍ਹਨ, ਲੇਕਿਨ ਪਬਲਿਕ ਯੂਨੀਵਰਸਿਟੀ ਜਰਮਨੀ, ਯੂਰਪ ਦੀ ਜੋ ਕੰਟਰੀ ਹੈਗੀ ਹੈ ਜੀ, ਉਹਦੇ 'ਚ ਪਬਲਿਕ ਯੂਨੀਵਰਸਿਟੀ ਦੀ ਕੋਈ ਫੀਸ ਨਹੀਂ ਹੈ, ਕੋਈ ਚਾਰਜਸ ਨਹੀਂ ਹੈ। ਸਾਡੇ ਬਹੁਤ ਹੀ ਹੋਨਹਾਰ ਸਟੂਡੈਂਟ ਮਿਸਟਰ ਵਿਕਾਸ, ਜਿਨ੍ਹਾਂ ਨੂੰ ਪਬਲਿਕ ਯੂਨੀਵਰਸਿਟੀ ਦਾ ਵੀਜ਼ਾ ਗ੍ਰਾਂਟ ਹੋਇਆ ਫਿਊ ਡੇਜ਼ ਪਹਿਲਾਂ, ਆਪਾਂ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਉਹਨਾਂ ਦਾ ਐਕਸਪੀਰੀਅੰਸ ਰਿਹਾ, ਕਿਵੇਂ ਐਡਮਿਸ਼ਨਸ ਕਰਾਈਆਂ ਗਈਆਂ ਅਤੇ ਕੀ ਹਰਡਲਸ ਆਈਆਂ ਜਾਂ ਕੀ ਸਰਵਿਸਿਜ਼ ਮਿਲੀਆਂ, ਸਾਰੀਆਂ ਚੀਜ਼ਾਂ ਨੂੰ ਅੱਜ ਡਿਸਕਸ ਕਰਦੇ ਹਾਂ ਜੀ ਉਹਨਾਂ ਦੇ ਨਾਲ ਬੈਠ ਕੇ। ਆਓ ਆਪਾਂ ਗੱਲਬਾਤ ਕਰਦੇ ਹਾਂ ਵਿਕਾਸ ਜੀ ਦੇ ਨਾਲ, ਜੋ ਕਿ ਸਾਡੇ ਸਟੂਡੈਂਟ ਨੂੰ ਪਬਲਿਕ ਯੂਨੀਵਰਸਿਟੀ ਦਾ ਵੀਜ਼ਾ ਮਿਲਿਆ। ਸਭ ਤੋਂ ਪਹਿਲੇ ਤਾਂ ਤੈਅ ਦਿਲੋਂ ਆਪਾਂ ਉਹਨਾਂ ਨੂੰ ਮੁਬਾਰਕਬਾਦ ਕਰਦੇ ਜੀ। ਕੋਂਗਰੈਚੁਲੇਸ਼ਨਸ ਵਿਕਾਸ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ। ਤੁਸੀਂ ਇੱਕ ਨਵਾਂ ਸਫ਼ਰ ਸ਼ੁਰੂ ਕਰਨ ਜਾ ਰਹੇ ਹੋ ਆਪਣਾ ਇੱਕ ਨਵੀਂ ਕੰਟਰੀ ਦੇ ਵਿੱਚ, ਅਤੇ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨੀ ਚਾਹੁੰਦੀ ਹਾਂ, ਤੁਸੀਂ ਆਪਣੇ ਵਿਚਾਰ ਸਾਂਝੇ ਕਰੋ ਕਿ ਕਿਸ ਤਰੀਕੇ ਨਾਲ ਤੁਹਾਨੂੰ ਸਰਵਿਸਿਜ਼ ਦਿੱਤੀਆਂ ਗਈਆਂ SWICS, ਅਤੇ ਕੀ ਚੀਜ਼ਾਂ ਜਿਹੜੀਆਂ ਕਿ ਵੀਜ਼ਾ ਲੈਣ ਤੱਕ ਕੀ ਇੱਦਾਂ ਦੀ ਕੀ ਚੀਜ਼ਾਂ ਆਪਾਂ ਨੂੰ ਫੇਸ ਕਰਨੀਆਂ ਪਈਆਂ। ਤੁਸੀਂ ਕਾਇੰਡਲੀ ਸਾਡੇ ਨਾਲ ਸ਼ੇਅਰ ਕਰੋ ਕਿ ਕਿੱਦਾਂ ਲੱਗਿਆ ਤੁਹਾਨੂੰ SWICS ਤੋਂ ਵੀਜ਼ਾ ਅਪਲਾਈ ਕਰਕੇ। ਸਭ ਤੋਂ ਪਹਿਲਾਂ ਤਾਂ ਮੈਂ GP ਸਰ ਦਾ ਅਤੇ ਪੂਰੀ ਟੀਮ ਦਾ ਧੰਨਵਾਦ ਕਰਦਾ, ਕਿਉਂਕਿ ਅੱਜ ਮੈਨੂੰ ਮੇਰਾ ਜਰਮਨ ਪਬਲਿਕ ਯੂਨੀਵਰਸਿਟੀ ਦਾ ਵੀਜ਼ਾ ਗ੍ਰਾਂਟ ਹੋਇਆ ਜੀ। ਅਤੇ ਇਨ 2017 ਮੇਰਾ ਕਜ਼ਨ ਬ੍ਰਦਰ ਸੀਗਾ, ਉਹਨੇ ਇੱਥੋਂ ਫਾਈਲ ਲਗਵਾਈ ਸੀ, ਫਿਲਹਾਲ ਉਹ ਕੈਨੇਡਾ ਦੇ ਵਿੱਚ, ਅਤੇ ਮੈਂ ਜਦੋਂ ਹੁਣ ਫਾਈਲ ਲਗਵਾਉਣੀ ਸੀ ਮੈਂ ਉਹਨਾਂ ਨਾਲ ਡਿਸਕਸ ਕੀਤੀ, ਅਤੇ ਉਹਨੇ ਮੈਨੂੰ ਸਰ ਉਹਨਾਂ ਦਾ ਰੈਫਰ ਕੀਤਾ, ਅਤੇ ਮੈਂ ਸਰ ਨੂੰ ਜਦੋਂ ਕਾਲ ਕੀਤੀ ਤਾਂ ਸਰ ਨੇ ਕਿਹਾ ਕਿ ਮੈਨੂੰ ਆ ਕੇ ਤੁਸੀਂ ਮਿਲ ਲਓ। ਅਤੇ ਜਦੋਂ ਮੈਂ ਇੱਥੇ ਆਇਆ ਸਰ ਨੇ ਪਹਿਲਾਂ ਪ੍ਰੋਸੈਸ ਦੱਸਿਆ ਸਾਰਾ, ਲਾਈਕ ਜਰਮਨੀ ਦਾ ਕਿੰਨਾ ਖਰਚਾ ਹੈ ਅਤੇ ਕੈਨੇਡਾ ਦਾ ਕਿੰਨਾ ਖਰਚਾ ਹੈ। ਅਤੇ ਮੇਰਾ ਬ੍ਰਦਰ ਵੀ ਫਿਲਹਾਲ ਜਰਮਨੀ 'ਚ ਹੀ ਹੈ, ਅਤੇ ਮੈਂ ਤਾਂ ਇਨ ਦੀ ਐਂਡ ਆ ਕੇ ਜਰਮਨ ਡਿਸਾਈਡ ਕੀਤਾ। ਅਤੇ ਸਰ ਨੇ ਹਰ ਇੱਕ ਕਾਲਜ ਦੇ ਫੀਸ ਸਟਰਕਚਰ ਐਂਡ ਮੇਰੀ ਪ੍ਰੋਫਾਈਲ ਦੇ ਹਿਸਾਬ ਨਾਲ ਜਿਹੜੇ ਜਿਹੜੇ ਕਾਲਜ ਦੇ ਮੈਨੂੰ ਐਡਮਿਸ਼ਨ ਮਿਲ ਸਕਦੀ ਸੀ ਉਸ ਕਾਲਜ ਦੇ ਵਿੱਚ ਅਪਲਾਈ ਕਰਵਾਇਆ, ਅਤੇ ਇਨ ਆਈ ਗੈਸ 25 ਡੇਜ਼ ਦੇ ਵਿੱਚ ਮੈਨੂੰ ਮੇਰਾ ਆਫਰ ਲੈਟਰ ਪ੍ਰੋਵਾਈਡ ਹੋ ਗਿਆ ਸੀਗਾ। ਅਤੇ ਪਹਿਲਾਂ ਮੈਨੂੰ ਥੋੜ੍ਹਾ ਹੈਕਟਿਕ ਲੱਗਦਾ ਸੀਗਾ ਜਿਵੇਂ ਪ੍ਰੋਸੈਸ, ਕਿਉਂਕਿ ਕਾਫੀ ਡਾਕੂਮੈਂਟ ਸੀਗੇ, ਅਤੇ ਜਿੱਦਾਂ ਜਿੱਦਾਂ ਸਰ ਮੈਨੂੰ ਗਾਈਡ ਕਰਦੇ ਗਏ ਉਦੋਂ ਉਦੋਂ ਪ੍ਰੋਸੈਸ ਈਜ਼ੀ ਹੁੰਦਾ ਗਿਆ ਮੇਰੇ ਹਿਸਾਬ ਨਾਲ। ਅਤੇ ਉਸ ਤੋਂ ਬਾਅਦ ਫਿਰ ਜਦੋਂ ਅਪਲਾਈ ਕੀਤਾ ਆਫਰ ਲੈਟਰ ਤੋਂ ਬਾਅਦ ਅਸੀਂ ਔਨਲਾਈਨ ਕਲਾਸਿਸ ਵੀ ਇੱਥੇ ਸ਼ੁਰੂ ਕਰਤੀਆਂ ਸੀਗੀਆਂ, ਕਿਉਂਕਿ ਮੇਰਾ ਜਿਹੜਾ ਵੀਜ਼ਾ ਹਜੇ ਇਨ ਪ੍ਰੋਸੈਸ ਸੀਗਾ ਅਤੇ ਕਲਾਸਿਸ ਪਹਿਲਾਂ ਸੀਗੀਆਂ ਮੇਰੀਆਂ। ਯੂਨੀਵਰਸਿਟੀ ਇਹ ਬਹੁਤ, ਮੈਂ ਤੁਹਾਨੂੰ ਇੱਕ ਵਾਰੀ ਦੱਸ ਦੇਣੀ ਆ, ਮਾਸਟਰ ਡਿਗਰੀ ਪ੍ਰੋਗਰਾਮ ਲਈ ਜਾ ਰਹੇ ਆ ਜੀ। ਅਤੇ ਐਂਡ 'ਚ ਇਹ ਕਹਿਣਾ ਚਾਹੁੰਦੇ ਹਾਂ ਕਿ ਕੋਈ ਵੀ ਸਟੂਡੈਂਟ ਹੈ ਅਗਰ ਪਬਲਿਕ ਯੂਨੀਵਰਸਿਟੀ ਜਾਂ ਜਰਮਨ ਸਟੱਡੀ ਵੀਜ਼ਾ ਲਈ ਜਾਣਾ ਚਾਹੁੰਦਾ ਤਾਂ ਕਾਇੰਡਲੀ ਸੰਪਰਕ ਕਰੋ, ਇੱਧਰ ਉੱਧਰ ਭਟਕਣ ਨਾਲੋਂ ਉਸ ਰਸਤੇ 'ਤੇ ਪਾਓ ਜਿਹੜਾ ਰਸਤਾ ਤੁਹਾਨੂੰ ਐਗਜੈਕਟਲੀ ਤੁਹਾਡੀ ਡੈਸਟੀਨੇਸ਼ਨ 'ਤੇ ਲੈ ਕੇ ਜਾ ਰਿਹਾ। ਥੈਂਕ ਯੂ ਸੋ ਮੱਚ, ਥੈਂਕ ਯੂ ਵਿਕਾਸ।